ਭਾਈ ਹੀਰਾ ਸਿੰਘ ਜੀ ਗੁਰੂ ਕੇ ਕੀਰਤਨੀਏ ਅਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲੇ ਮੰਡੀ ਬਹਾਉਦੀਨ ਇੱਕ ਵਾਰ ਦੀਵਾਨ ਸਜੇ ਬਿਆਨ ਸੰਗਤਾਂ ਉੱਥੇ ਇਕੱਤਰ ਹੋਈਆਂ ਅਤੇ ਉਦੋਂ ਚੀਫ ਖਾਲਸਾ ਦੀਵਾਨ ਲਈ ਸਿੱਖੀ ਉਭਾਰਨ ਲਈ ਬਹੁਤ ਕੁਛ ਇਹ ਰੂਹਾਂ ਰਲ ਮਿਲ ਕੇ ਕਰ ਰਹੀਆਂ ਸਨ। ਅਨਾਊਂਸਮੈਂਟ ਕੀਤੀ ਵੀ ਕੌਮੀ ਕੰਮ ਲਈ ਕੁਛ ਮਾਇਆ ਵੀ ਚਾਹੀਦੀ ਹੈ, ਉਹਦੇ ਲਈ ਫੰਡ ਵੀ ਇਕੱਠਾ ਕਰਕੇ ਦਿੱਤਾ। ਭਾਈ ਹੀਰਾ ਸਿੰਘ ਜੀ ਕੀਰਤਨ ਕਰਨ ਲੱਗੇ ਅਤੇ ਉਹਨਾਂ ਨੇ ਇੱਕ ਬੇਨਤੀ ਕੀਤੀ, ਸੰਗਤ ਜੀ ਤੁਹਾਨੂੰ ਬੇਨਤੀਆਂ ਕੀਤੀਆਂ ਪੈਸੇ ਲਈ ਤਾਂ ਤੁਸੀਂ ਪੈਸੇ ਦੇ ਢੇਰ ਲਾ ਦਿੱਤੇ, ਤੁਹਾਨੂੰ ਆਵਾਜ਼ ਮਾਰੀ ਬੇਨਤੀ ਕੀਤੀ ਵੀ ਵੱਧ ਤੋਂ ਵੱਧ ਹਾਜ਼ਰੀ ਸੰਗਤ 'ਚ ਭਰਿਆ ਕਰੋ, ਉਹ ਵੀ ਤੁਸੀਂ ਭਰੀ। ਹੁਣ ਸਾਡੀ ਇੱਕ ਬੇਨਤੀ ਤੁਹਾਡੇ ਤੋਂ, ਇੱਕ ਮੰਗ ਮੰਗਣੀ। ਭਾਈ ਸਾਹਿਬ ਨੇ ਆਖੋ ਜੀ ਅੰਦਾਜ਼ ਵਿੱਚ ਉਹ ਮੰਗ ਮੰਗੀ, ਕਹਿਣ ਲੱਗੇ ਹੁਣ ਸਾਨੂੰ ਵੱਧ ਤੋਂ ਵੱਧ ਨਾਂ ਅੰਮ੍ਰਿਤ ਛਕਣ ਵਾਲੇ ਵੀਰ ਭੈਣਾਂ ਦੇ ਚਾਹੀਦੇ ਨੇ, ਪਰ ਅੱਜ ਬੇਨਤੀ ਇਹ ਸਹਿਜ ਤਾਰੀਖ ਹਿੰਦੂ ਪਰਿਵਾਰ ਵਿੱਚੋਂ ਉੱਠ ਕੇ ਆਪਣੇ ਨਾਂ ਲਿਖਾਓ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਿਤਾ ਦੇ ਅੰਮ੍ਰਿਤ ਦੀ ਦਾਤ ਲੈ ਕੇ ਤੁਸੀਂ ਆਪਣਾ ਜੀਵਨ ਸਫਲ ਕਰਨਾ, ਉਹਦੇ ਲਈ ਨਾਂ ਲਿਖਾਓ। ਭਾਈ ਸਾਹਿਬ ਜੀ ਦੇ ਆਵਾਜ਼, ਕੀਰਤਨ ਦਾ ਰਸ, ਉਹਨਾਂ ਦੇ ਜ਼ੁਬਾਨ 'ਚੋਂ ਨਿਕਲੇ ਸ਼ਬਦ ਲੋਕਾਂ ਲਈ ਇੰਝ ਜਾਪਦਾ ਸੀ ਜਿਵੇਂ ਰੱਬ ਆਪ ਬੋਲ ਰਿਹਾ। ਉਹਨਾਂ ਦੀ ਬੇਨਤੀ ਕਰਨ 'ਤੇ ਇੱਕ ਪਰਿਵਾਰ ਸਹਿਜਧਾਰੀ ਨੇ ਆਖਿਆ, ਮੇਰਾ ਪੂਰਾ ਪਰਿਵਾਰ ਦੇ ਨਾਮ ਲਿਖੋ, ਮੈਂ ਅੰਮ੍ਰਿਤ ਛਕਦਾ। ਉਹਨੂੰ ਵੇਖ ਕੇ 2-3 18 ਸਹਿਜਧਾਰੀ ਪਰਿਵਾਰਾਂ ਨੇ ਇੱਕ ਦੀਵਾਨ ਵਿੱਚ ਬੇਨਤੀ ਕਰਕੇ ਅੰਮ੍ਰਿਤ ਦੀ ਦਾਤ ਮੰਗੀ। 18 ਸਹਿਜਧਾਰੀ ਪਰਿਵਾਰ ਤੋਂ ਅੰਮ੍ਰਿਤਧਾਰੀ ਹੋ ਕੇ ਉਹਨਾਂ ਨੇ ਸਤਿਗੁਰੂ ਜੀ ਦੇ ਇਸ ਰਹਿਮਤ ਦਾ ਆਨੰਦ ਮਾਣਿਆ। ਇਹ ਭਾਈ ਸਾਹਿਬ ਜੀ ਦੀ ਆਪਣੀ ਉੱਚੀ ਕਰਨੀ ਦੇ ਸਦਕਾ ਹੀ ਇਹ ਸਾਰਾ ਕੁਝ ਵਾਪਰ ਰਿਹਾ ਸੀ।